बॉलीवुड दिया सुपरहिट फिल्मा दे सक्रिपट राइटर ते उगे साहित्यकार मास्टर तरलोचन सिंह दी सड़क हादसे च मौत। सत श्री अकाल जी, मैं हाँ युवराज सिंह ते तुसी वेख रहे हो दी टीवी NRI। बॉलीवुड दिया सुपरहिट फिल्मा एकम अते हशर समेत अनगिनत होर वड्डे अते छोटे पर्दे दिया फिल्मा दे सक्रिप राइटर अते कई दहाकियां तो पंजाबी साहित्यक अकादमी नाल जुड़े उगे साहित्यकार 65 साला मास्टर तरलोचन सिंह दी अज सड़क हादसे दौरान मौत हो गई है। ਉਹ ਅੱਜ ਸ਼ਾਮੀ ਕਰੀਬ 4:30 ਵਜੇ ਸਥਾਨਕ ਭਗਵਾਨਪੁਰਾ ਰੋਡ ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਹਨਾਂ ਨੂੰ ਕੜੀਸਦੀ ਹੋਈ ਲੈ ਗਈ, ਜਿਸ ਸਦਕਾ ਥਾਂ ਤੇ ਉਹਨਾਂ ਦੀ ਮੌਤ ਹੋ ਗਈ। ਮਾਂ ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਮਾਂ ਤਰਲੋਚਨ ਸਿੰਘ ਸ਼ਾਮ ਵੇਲੇ ਆਪਣੇ ਜਾਣਕਾਰ ਨੂੰ ਮਿਲਣ ਉਪਰੰਤ ਵਾਪਸ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਘਰ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਲਾਲ ਰੰਗ ਦੀ ਥਾਰ ਗੱਡੀ ਨੇ ਉਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਦੇਹ ਨੂੰ ਬੜੀ ਮੁਸ਼ਕਲ ਗੱਡੀ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ। ਉਧਰ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਗੱਡੀ ਦੇ ਚਾਲਕ ਬਾਰੇ ਡੂੰਘੀ ਨਾਲ ਪੜਤਾਲ ਕੀਤੀ ਜਾ ਰਹੀ ਹੈ। DSP ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਚਾਹੇ ਕੋਈ ਵੀ ਹੋਏ ਸਖ਼ਤ ਕਾਰਵਾਈ ਹੋਵੇਗੀ। ਉਹਨੇ ਰੋਕੀ ਹੋਣੀ ਗੱਡੀ, ਉੱਤੇ ਹੀ ਚੜ ਗਈ। ਇਹ ਕੌਣ ਸੀਗੇ ਮੌਕੇ ਤੇ ਵੀ ਡੈਥ ਹੋਈ ਹੈ? ਇਹ ਮਾਸਟਰ ਜੀ ਸੀਗੇ ਜੀ, ਤਰਲੋਚਨ ਸਿੰਘ ਮਾਸਟਰ ਜੀ। ਮੌਕੇ ਤੇ ਹੀ ਡੈਥ ਹੋ ਗਈ? ਮੌਕੇ ਦੀ ਡੈਥ ਹੋ ਗਈ। ਹਾਂ ਜੀ, ਖਿੱਚ ਕੇ ਲੈ ਗਏ ਜੀ। ਮਗਰ ਸੀਗਾ ਜੀ। ਇਹ ਗੱਡੀ ਕਿਹੜੇ ਪਾਸੋਂ ਆ ਰਹੀ ਸੀ? ਗੱਡੀ ਪਰਲੇ ਪਾਸੋਂ ਭਗਵਾਨ ਪਾਸ ਰੋਡ ਕੰਨਿਓ ਆ ਰਹੀ ਸੀ। ਮਾਸਟਰ ਜੀ ਕਿਹੜੀ ਜੇ ਤੁਰ ਕੇ ਸੀ ਪੈਦਲ? ਨਾ, ਸਕੂਟਰ ਤੇ ਸੀ। ਹਾਂਜੀ, ਸਿੱਧੀ ਟੱਕਰ ਹੋਈ ਹੈ ਜੀ? ਨਹੀਂ ਸਿੱਧੀ ਨਹੀਂ, ਹਾਂ ਸਿੱਧੀ ਹੋਈ ਹੈ ਜੀ ਟੱਕਰ, ਯਾਨੀ ਕੰਧ 'ਚ ਲੈ ਲਿਆ ਜੀ ਬੱਸ। ਉਹ ਆਪਦੀ ਸਾਈਡ 'ਤੇ, ਉਹ ਕੰਧ 'ਚ ਵੱਜੀ ਆ, ਟਾਇਰ ਨਾਲ ਲੱਗਿਆ ਜੀ, ਰੋਂਗ ਸਾਈਡ ਆ ਕੇ ਗੱਡੀ ਨੇ ਮਾਰਿਆ। ਮਾਸਟਰ ਜੀ ਮੇਰੇ ਕੋਲ ਹੀ ਬੈਠੇ ਸੀਗੇ ਕਚਹਿਰੀ, ਅਤੇ ਜਦ ਹੀ ਉੱਠ ਕੇ ਗਏ ਨੇ ਉਹ, ਅਸੀਂ 13 ਤਰੀਕ ਨੂੰ ਸਾਡੀ ਮੀਟਿੰਗ ਸੀਗੀ ਲੇਖਕ ਮੰਚ ਦੀ, ਉਹ ਵਾਈਸ ਪ੍ਰਧਾਨ ਨੇ ਮੇਰੇ ਨਾਲ, ਮੈਂ ਪ੍ਰਧਾਨ ਹਾਂ, ਅਤੇ ਉਹਦੇ ਬਾਰੇ ਲਾਲ ਸਿੰਘ ਦਿੱਲ ਦੇ ਸੰਬੰਧ ਦੇ ਵਿੱਚ ਅਸੀਂ ਉੱਦਣ ਪ੍ਰੋਗਰਾਮ ਕਰਨਾ ਸੀ, ਸਾਰਾ ਕਰਕੇ ਫਾਈਨਲ ਫਿਰ ਉਹ ਗਏ ਨੇ, ਇੱਕ ਦੋ ਘਰੇਲੂ ਗੱਲਾਂ ਕੀਤੀਆਂ ਅਤੇ ਮੇਰੇ ਕੋਲ ਉੱਠ ਕੇ ਗਏ ਨੇ ਜਾਂਦੀ ਸਾਰੇ। ਮੈਨੂੰ 5 ਕੁ ਮਿੰਟ ਬਾਅਦ ਹੀ ਫੋਨ ਆ ਗਿਆ, ਹਰਬੰਸ ਮਾਲਵਾ ਜੀ ਮੇਰੇ ਕੋਲ ਬੈਠੇ ਸੀਗੇ ਕਿ ਵੀ ਇਸ ਤਰੀਕੇ ਨਾਲ ਐਕਸੀਡੈਂਟ ਹੋ ਗਿਆ ਉੱਥੇ, ਅਤੇ ਅਸੀਂ ਜਦੋਂ ਉੱਥੇ ਗਏ ਹਾਂ ਉੱਥੋਂ ਫਿਰ ਹਸਪਤਾਲ ਆ ਗਏ ਜੀ ਬਸ। ਲੇਖਕ ਜਗਤ ਨੂੰ ਵੱਡਾ ਘਾਟਾ ਕੀ ਕਹਿਣਾ ਚਾਹੋਗੇ? ਇੱਕ ਘਾਟਾ ਸ਼ਬਦ ਮੇਰੇ ਖਿਆਲ ਦੇ ਵਿੱਚ ਬਹੁਤ ਛੋਟਾ ਹੈਗਾ। ਮਾਸਟਰ ਤਰਲੋਚਨ ਜਿੱਡਾ ਬੰਦਾ ਵੱਡਾ ਸੀਗਾ, ਉਹ ਸ਼ਾਇਦ ਇਕੱਲੇ ਪੰਜਾਬ ਨੂੰ ਨਹੀਂ, ਸਾਰੇ ਭਾਰਤ ਵਰਸ਼ ਦੇ ਜਿਹੜੇ ਲੇਖਕਾਂ ਨੂੰ, ਉਹਨਾਂ ਨੂੰ ਨਾ ਪੂਰਾ ਹੋਣ ਯੋਗ ਘਾਟਾ ਹੈਗਾ ਇਹ। ਔਰ ਸਾਡੇ ਕੋਲ ਇਸ ਵਕਤ ਸ਼ਬਦ ਨਹੀਂ ਹੈਗੇ ਕਿ ਕਹੀਏ ਕਿ ਵੀ ਕੌਣ ਸਾਡਾ ਚਲੇ ਗਿਆ। ਸ਼ਾਹੀ ਸਾਹਿਬ, ਮੇਨ ਰੋਡ 'ਤੇ ਤਾਂ ਮੰਨ ਸਕਦੇ ਹਾਂ, ਪਰ ਉਹ ਇੱਕ ਪਿੰਡ ਨੂੰ ਜਾਣ ਵਾਲੀ ਸੜਕ ਆ, ਯਕੀਨ ਜਿਹਾ ਨਹੀਂ ਹੋ ਰਿਹਾ ਵੀ ਇੱਥੇ ਵੀ ਡੈਥ ਹੋ ਸਕਦੀ ਹੈ ਐਕਸੀਡੈਂਟ 'ਚ। ਮੇਰੇ ਖਿਆਲ 'ਚ ਗੱਡੀ ਜੀ ਬਹੁਤ ਜ਼ਿਆਦਾ ਤੇਜ਼ ਸੀਗੀ ਅਤੇ ਕੰਧ 'ਤੇ ਦੇ ਵਿਚਕਾਰ ਉਹ ਆ ਗਏ, ਉਹਨਾਂ ਦੀ ਜਿਹੜੀ ਬਾਈਕ ਸੀਗੀ ਅਤੇ ਉਹਦੇ ਵਿੱਚ ਫਿਰ ਉਹ ਜ਼ੋਰ ਦੀ, ਹੁਣ ਤੁਹਾਨੂੰ ਪਤਾ ਫਿਰ ਉੱਥੇ ਦਾ ਜੇ ਕੰਧ ਦੇ ਵਿਚਕਾਰ ਬੰਦਾ ਆ ਜਾਂਦਾ ਜੀ 20-25 ਕਿਲੋਮੀਟਰ ਦੀ ਸਪੀਡ 'ਤੇ ਵੀ ਹੋਵੇ, ਚਾਹੇ ਉਹ ਸੁਣਨ 'ਚ ਆਇਆ ਕਿ ਵੀ ਗੱਡੀ ਕਾਫੀ ਤੇਜ਼ ਸੀਗੀ। ਹਾਂਜੀ, ਤਕਰੀਬਨ 1.25 ਘੰਟਾ ਪਹਿਲਾਂ ਇੱਕ ਇੱਥੇ ਸੜਕ 'ਤੇ ਇੱਕ ਥਾਰ ਜਿਹੜੀ ਜੀਪ 'ਤੇ ਉਹਦਾ ਇੱਕ ਸਕੂਟਰੀ ਦਾ ਐਕਸੀਡੈਂਟ ਹੋਇਆ, ਉਹਦੇ ਵਿੱਚ ਜਿਹੜੇ ਸਕੂਟਰ ਦੇ ਚਾਲਕ ਸੀਗੇ ਸਰਦਾਰ ਤਰਲੋਚਨ ਸਿੰਘ, ਉਹਨਾਂ ਦੀ ਡੈਥ ਹੋ ਗਈ ਆ। ਤੋ ਜਾਣਕਾਰੀ ਮਿਲ ਰਹੀ ਆ, ਕੋਈ ਰਾਈਟਰ ਸੀਗੇ ਕਾਫੀ ਫੇਮਸ ਪੰਜਾਬੀ ਦੇ, ਕਾਫੀ ਮੂਵੀਜ਼ ਵਗੈਰਾ ਲਿਖੀ ਹੈ। ਬਾਕੀ ਅਸੀਂ ਜੋ ਅੱਗੇ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਮੁਕੱਦਮਾ ਦਰਜ ਕਰਕੇ। ਕਿੰਨੀ ਉਮਰ ਸੀ? ਤਕਰੀਬਨ 60 ਸਾਲ ਉਮਰ ਸੀ ਜੀ। ਗੱਡੀ ਤਾਂ ਮੌਕੇ ਤੋਂ ਅਸੀਂ ਫੜ ਲਈ ਹੈ, ਬਾਕੀ ਗੱਡੀ ਦੇ ਡਰਾਈਵਰ ਬਾਰੇ ਅਸੀਂ ਤਸਦੀਕ ਕਰ ਰਹੇ ਹਾਂ ਜਿਵੇਂ ਸਾਨੂੰ।